ਰੋਟੀ ਨਾਨੀ ਮੀਨੇ ਖਾਦੀ ਮਿੰਨੋ ਜੀ ਤੇ ਮੈਂ ਨਾਨੀ ਮੀ ਚਲੀ ਆ ਫਟਾਵਰ ਨਾ ਕਰ ਰੋਟੀ ਖਾ ਉੱਧੇ ਜਾ ਕੇ ਰੋਣਾ ਵੀ ਆ ਬਿਲਕੁਲ ਭੁੱਖੇ ਟਿੱਡਰ ਰੋਇਆ ਵੀ ਨਹੀਂ ਜਾਂਦਾ ਨਹੀਂ ਜੀ ਨਹੀਂ ਰੋਇਆ ਜਾਂਦਾ ਦੇਖੋ ਫੁੱਲਿਆਂ ਵਾਲਾ ਆ ਗਿਆ ਗਰਮਾ ਗਰਮ ਫੁੱਲੇ ਦੋ ਛਾਪਰ ਫੁੱਲਿਆਂ ਦੇ ਲੈ ਉਹ ਚੱਬਨ ਲਾ ਮੈਂ ਘਮੀ ਇਹ ਚੰਗਾ ਜਿਹਾ ਰਜ ਲੱਗਦਾ ਪਿਆ ਖਾ ਖਾ ਜਾ ਕੇ ਰੋਣਾ ਵੀ ਆ ਬਿਲਕੁਲ ਉਹ ਮੈਨੂੰ ਹੁਣ ਇਸ ਗੱਲ ਦਾ ਪਤਾ ਨਹੀਂ ਅੱਜ ਬੰਨਾ ਕੀ ਬੰਨਾ ਨਹੀਂ ਨੇ ਕਰਲਾਬ ਪੰਚਾਇਆ ਨਾ ਇੰਜ ਦਾ ਵੇ ਮੇਰੇ ਸਾਜਦ ਅਲੀ ਵੇ ਕੀਰ ਕੀਤਾ ਹੀ ਮੈਂ ਗਿਆ ਵੇ ਕੋਈ ਵਈ ਇਹ ਇੰਜ ਦੀ ਰੋਣੀ ਰੋਛੜਿਆ ਕਦੇ ਸਾਜਦ ਅਲੀ ਉੱਠ ਸਕਦਾ ਤੇ ਉੱਠ ਕੇ ਆਂਦਾ ਇਹ ਤਾਂ ਇਸ ਵਾਦ ਆ ਗਿਆ ਜੀ ਮਰਨ ਦਾ ਸਵਾਦ ਇਹ ਨਾ ਮਰ ਪਾਕਿਸਤਾਨ ਜੀਣ ਦਾ ਸਵਾਦ ਕੋਨੇ ਤੇ ਬਾਹਰ ਦੇ ਮੁਲਕ ਮਰਨ ਦਾ ਸਵਾਦ ਕੋਨੇ ਪਾਜੀ 사ઉਦੀਆ ਗਏ ਆ ਯੂਰਪ ਵੀ ਗਏ ਆ ਜੀ ਜੀ ਉਥੇ ਮਰਨ ਦਾ ਸਵਾਦ ਕੋਨੇ ਵੇਖਣ ਵਾਲੇ ਕਈਆਂ ਨੂੰ ਗੱਲ ਪਸੰਦ ਆਵੇ ਦੀ ਕਈਆਂ ਨੂੰ ਇਹ ਗੱਲ ਨਹੀਂ ਪਸੰਦ ਆਉਣੀ ਕਈਆਂ ਆਖਣਾ ਕਿ ਸ਼ੁਗਲ ਬਣਾਇਆ ਕਈਆਂ ਨੇ ਆਖਣਾ ਬਿਲਕੁਲ ਹਕੀਕਤ ਬੋਲੀ ਮੈਂ ਟੁਰ ਗਿਆ ਭਾਈ ਸਲੀਮ ਨਾਨਕੇ ਹਾਂ ਜੀ ਨਾਨਕੇ ਗਿਆ ਹੀ ਮੈਨੂੰ ਦੋ ਤਰੇ ਦਿਹਾੜੇ ਹੋਏ ਸਨ ਹਮ ਤੇ ਸਾਡੇ ਇੱਕ ਨਾ ਅਮੀ ਦੇ ਤਾਏ ਦੇ ਪੁੱਤਰ ਉਹ ਸਾਡੇ ਮਾਮੂ ਹੀ ਲੱਗੇ ਨਾ ਜੀ ਜੀ ਤੇ ਉਹਨਾਂ ਦਾ ਨਾਮ ਸੀ 사जिद ਅਲੀ ਹਾਂਜੀ ਉਹ 사जिद ਅਲੀ ਜਿਹੜੇ ਨਾ ਬਾਬਾ ਧੀਰ ਤੋਂ ਬਿਮਾਰ ਤੇ ਉਹ ਫੌਤ ਹੋ ਗਏ ਜੀ ਜੀ ਮੈਨੂੰ ਗਿਆ ਹੀ ਦੋ ਦਿਹਾੜੇ ਹੋਏ ਸਨ ਤੇ ਫੋਨ ਟੁਰ ਗਿਆ ਹਮ ਕਿ 사जिद ਅਲੀ ਫੌਤ ਹੋ ਗਿਆ ਹਮ ਉਹ ਮੈਨੂੰ ਉਥੋਂ ਵਾਪਸ ਆਉਣਾ ਪੈ ਗਿਆ ਕਿਉਂਕਿ ਨਾਨਕੇ ਮੇਰੇ ਦੇ ਸਿਆਲਕੋਟ ਆਪਣਾ ਟੁਰ ਗਏ ਨੇ ਗੁਜਰਾਤ ਟੁਰ ਗਏ ਨੇ 22-23 ਸਾਲ ਹੋ ਗਏ ਨਾ ਜੀ ਜੀ ਉਹ ਮੈਂ ਆਖਿਆ ਨਾਨੀ ਮੈਨੂੰ ਮੈਂ ਵੀ ਨਾਲ ਜਾਣਾ ਤੂੰ ਆਖਿਆ ਪੁੱਤਰਾ ਹੀ ਇਹ ਤੈਨੂੰ ਪਰਸੋਂ ਆਇਆ ਦੋ ਦਿਨ ਹੋਏ ਨੇ ਤੇ ਤੂੰ ਇੱਥੇ ਰਹਿ ਮੈਂ ਜਾਣੀ ਆ ਮਰਨੇ ਤੇ ਮੈਂ ਵੱਡੇ ਵੇਲੇ ਵਾਪਸ ਆਈ ਜਾਣਾ ਰਾਤ ਰਹਿ ਕੇ ਸਵੇਰੇ ਮੈਂ ਆ ਜਣਾ ਮੈਂ ਨਹੀਂ ਨਹੀਂ ਮੈਂ ਵਾਪਸ ਨਾਲ ਹੀ ਤੁਹਾਡੇ ਜਾਣਾ ਅੱਛਾ ਉਹ ਮੈਂ ਜਦੋਂ ਜ਼ਿੱਦ ਕੀਤੀ ਨਾ ਕਿ ਮੈਂ ਨਾਲ ਹੀ ਜਾਣਾ ਹਮ ਜਨਾਨੀਵੇਂ ਚੱਲ ਪਾ ਕੱਪੜੇ ਸਵੇਰ ਸਵੇਰ ਦਾ ਟਾਈਮ ਸੀ ਦੋ ਦੀ ਛੋਦੀ ਰੀੜ ਗਿਆ ਹਮ ਜਨਾਬ ਵਾਲੇ ਉਹ ਸਾਰਾ ਕੰਮ ਸ਼ਮ ਮਕਾ ਕੇ ਰੋਟੀ ਛੋਟੀ ਖਾ ਕੇ ਤੇ ਮੈਨੂੰ ਅੰਦਰੋਂ ਕਾਲ ਪਈ ਫਰਟਾ ਫਟ ਚਲੀ ਗਏ ਹਾਂਜੀ 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 ਚਲੋ ਉਹ ਤੋਂ ਨਿਕਲੇ ਹਮ ਉਮ ਰੋਟੀ ਨਾਨੀ ਅਮੀ ਨੇ ਖਾਦੀ ਮਿੰਨੂ ਜੀ ਤੇ ਮੈਂ ਹਾਂ ਨਾਨੀ ਅਮੀ ਚਲੀ ਆ ਫਟਾਉਣਾ ਕਿ ਰੋਟੀ ਖਾ ਉੱਥੇ ਜਾ ਕੇ ਰੋਣਾ ਵੀ ਆ ਬਿਲਕੁਲ ਭੁੱਖੇ ਟੇਡਰ ਹੋਇਆ ਵੀ ਨਹੀਂ ਜਾਂਦਾ ਨਹੀਂ ਜੀ ਨਹੀਂ ਹੋਇਆ ਜਾਂਦਾ ਚਲੋ ਉਦੋਂ ਜਦੋਂ ਗੱਡੀ ਤੇ ਬੈਠੇ ਹਾਂਜੀ ਅੱਗੋਂ ਆਏ ਅਸੀਂ ਆਪਣਾ ਟੱਲੇ ਵਾਲੀ ਹੈਡ ਮਰਾਰੇ ਦੇ ਨਾਲ ਉਹਨਾਂ ਸਟਾਫ ਟੱਲੇ ਵਾਲੀ ਜੀ ਜੀ ਨਿਉ ਟੱਲੇ ਵਾਲੀ ਆ ਪੜੇ ਨਾ ਤੇ ਆ ਕੇ ਇੱਥੇ ਬੱਸ ਬਦਲਣੀ ਸੀ ਜੀ ਜੀ ਤੇ ਇਥੋਂ ਬੱਸ ਜਿਉ ਜਦੋਂ ਬੈਠੇ ਨਾ ਤੇ ਉਥੋਂ 2 ਕਿਲੋ ਆਂਬ ਲੀ ਲੈ ਵਾ ਵਾ ਉਹ ਨਾਨੀ ਅਮੀ ਨੇ ਨਾਲੇ ਆਪ ਖਾਦੇ ਨਾਲੇ ਮੈਨੂੰ ਆ ਕੇ ਮੈਂ ਵੀ ਖਾਦੇ ਉਹ ਆਈਏ ਬੇ ਗੋਦਪੁਰ ਆ ਲਈ ਜਹਾਡ ਨੂੰ ਤੇ ਉਹ ਵੱਡੀਆਂ ਬਸਾਂ ਚੱਲਦੀਆਂ ਰਾਜਾਬਾਸ ਜਿਵੇਂ ਹੁੰਦੀ ਐ ਖੁੱਲੀਆਂ-ਕੁੱਲੀਆਂ ਸੀਟਾਂ ਤੇ ਉਹ ਗਾਣੇ ਲੱਗੇ ਪਰ ਦੇਸੀ ਪਰ ਦੇਸੀ ਜਾਣਾ ਨਹੀਂ ਜਾਣਾ ਨਹੀਂ ਚਲੋ ਜੀ ਅਸੀਂ ਜਦੋਂ ਆਏ ਆ ਗੋਦਪੁਰ ਚੌਂਕ ਤੇ ਆ ਕੇ ਉਤਰਿਆ ਤੇ ਉਹ ਕੋ ਫੁੱਲਿਆਂ ਵਾਲਾ ਆ ਗਿਆ ਗਰਮਾ-ਗਰਮ ਫੁੱਲੇ ਦੋ ਛਾਪਰ ਫੁੱਲਿਆਂ ਦੇ ਲੈ ਉਹ ਚੱਬਨ ਲਾ ਮੈਂ ਘਮੀ ਇਹ ਚੰਗਾ ਜਿਹਾ ਰਜ ਲੱਗਦਾ ਪਿਆ ਖਾ ਘਾਰ ਜਾ ਕੇ ਰੋਣਾ ਵੀ ਉਹ ਮੈਨੂੰ ਹੁਣ ਇਸ ਗੱਲ ਦਾ ਪਤਾ ਨਹੀਂ ਅੱਜ ਬੰਨਾ ਕੀ ਉਹ ਜਿਹੜੇ ਵੇਲੇ ਅਸੀਂ ਮਰਨੇ ਵਾਲੇ ਘਰ ਪੜਿਆ ਨਾ ਤੇ ਜਨਾਜ਼ੇ ਦੇ ਵਿੱਚ ਕੋਈ ਨਾ ਵੀ ਅੱਦਾ ਕੇ ਕਹਿੰਦਾ ਸੀ ਹੂੰ ਹੂੰ ਉਹ ਸਾਰੇ ਨਾ ਉਹ ਕਲਮਾ ਸ਼ਲਮਾ ਤੇ ਪੜਦੀਆਂ ਸਨ ਬੀਬੀਆਂ ਦੇ ਕੋਈ ਜੀ ਚੁੱਪ ਕਰਕੇ ਬੈਠੇ ਬਸ ਤਿਆਰੀਆਂ ਹੋਣ ਡੀਆਂ ਸਨ ਜਿਹੜੇ ਵੇਲੇ ਫਰਨਾਨੀਮ ਹੀ ਆਏ ਨੇ ਨਾ ਅੱਲਾਹ ਉਹ ਨਾਨੀ ਨੇ ਤੇ ਕਰਲਾਬ ਮਚਾਇਆ ਨਾ ਇਹਦਾ ਵੇ ਮੇਰੇਆ ਸਾਜਦ ਅਲੀ ਇਹ ਕੀ ਕੀਤਾ ਇਹ ਨਾ ਗਿਆ ਵੇ ਕੋਈ ਵਈ ਇਹ ਇੰਦੇ ਦੀ ਰੋਣੀ ਰੋ ਛੜਿਆ ਕਦੇ ਸਾਜਦ ਅਲੀ ਉੱਠ ਸਕਦਾ ਤੇ ਉੱਠ ਕੇ ਆਂਦਾ ਵੀ ਤਾਂ ਸੁਬਾਹ ਦਾ ਆ ਗਿਆ ਜ ਮਰਨ ਦਾ ਕਸਮ ਇਹ ਨਾ ਮਰ ਗੱਲ ਦਾ ਮਕਸਦ ਇਹ ਵੇ ਇਹ ਸਾਡੇ ਪਾਕਿਸਤਾਨ ਦਾ ਪੰਜਾਬ ਦਾ ਸਾਡੇ ਇਸ ਖਿੱਤੇ ਦਾ ਕਲਚਰ ਹੈ ਜੀ ਜੀ ਕਿ ਮਤਲਬ ਕਿਸੇ ਦੇ ਦੂਜੇ ਦੇ ਦੁੱਖ ਦੇ ਵਿੱਚ ਸ਼ਾਮਲ ਹੋਣਾ ਹਾਂਜੀ ਹਾਂਜੀ ਉਹਨਾਂ ਮੁਲਕਾਂ ਦੇ ਵਿੱਚ ਜੀਣ ਦਾ ਬੜਾ ਸੁਆਦ ਜੀ ਜੀ ਲੇਕਿਨ ਉੱਥੇ ਮਰਨ ਦਾ ਸੁਆਦ ਕੋਈ ਨਹੀਂ ਹਾਂਜੀ ਇੱਥੇ ਮਰਨ ਦਾ ਸੁਆਦ ਹੈ ਹਾਂਜੀ ਇੱਥੇ ਜੀਣ ਦਾ ਸੁਆਦ ਕੋਈ ਨਹੀਂ ਇਸੇ ਵਾਸਤੇ ਵੱਡਿਆਂ ਲੋਕਾਂ ਦਾ ਯਾਨੀ ਕਿ ਜਿਹੜੇ ਕਾਰੋਬਾਰੀਆਂ ਬਾਹਰ ਰਹਿਣ ਵਾਲੇ ਲੋਕ ਨੇ ਜੀ ਪਾਕਿਸਤਾਨ ਨੂੰ ਉਹਨਾਂ ਦਾ ਕਬਰਿਸਤਾਨ ਆਖਿਆ ਜਾਂਦਾ ਹੈ ਯਾ ਉਹਨਾਂ ਦੀ ਇੱਕ ਸੈਰਗਾਹ ਆ ਕਿ ਜਾਂਦੀ ਹੈ ਕਿ ਉਹ ਇੱਥੇ ਆਉਂਦੇ ਨੇ ਸੈਰੋ ਤਫਰੀਹ ਕਰਨ ਵਾਸਤੇ ਹਾਂਜੀ ਜਾਂ ساری ਜ਼ਿੰਦਗੀ ਬਾਹਰ ਕੱਢ ਛੱਡ ਦੇਣ ਜਦੋਂ ਮਰਨ ਦਾ ਟਾਈਮ ਹੁੰਦਾ ਤੇ ਉਹ ਦੋ ਪਾਕਿਸਤਾਨ ਆ ਜਾਂਦੇ ਅੱਜ ਤੁਹਾਡੇ ਸਾਹਮਣੇ ਬੈਠੇ ਆ ਕੱਲ ਦਾ ਕੀ ਪਤਾ ਹੈ ਕਿ ਕੱਲ ਦਾ ਦਿਨ ਵੇਖਣਾ ਵੀ ਇੱਕ ਨਹੀਂ ਵੇਖਣਾ ਬਿਲਕੁਲ ਬਿਲਕੁਲ ਹਕੀਕਤ ਹੈ ਹੋ ਸਕਦਾ ਸਾਡਾ ਕਫਨ ਤਿਆਰ ਹੋ ਕੇ ਦੁਕਾਨ ਉੱਤੇ ਵਿਕਣ ਵਾਸਤੇ ਆ ਚੁੱਕਿਆ ਹੋਵੇ ਜੀ ਜੀ ਬਿਲਕੁਲ ਜਿੰਨਾ ਕਈਆਂ ਰੰਬਿਆਂ ਬੇਲਚਿਆਂ ਦੇ ਨਾਲ ਸਾਡੀ ਕਵਰ ਨਿਕਲਣੀ ਹੋ ਸਕਦੇ ਉਹ ਤਿਆਰ ਹੋ ਕੇ ਬਾਜ਼ਾਰ ਚ ਆ ਗਏ ਹੁਣ ਹਾਂਜੀ ਹਾਂਜੀ ਜਿਹੜਾ ਕੌੜਾ ਬਟਾ ਪਕਣਾ ਹੈ ਜਿਹੜਾ ਰੋਟੀ ਟੁੱਕਰ ਪਕਣਾ ਹੈ ਮਰਨੇ ਉਤੇ ਹੋ ਸਕਦੇ ਉਹ ਤਿਆਰੀਆਂ ਹੋ ਚੁੱਕੀਆਂ ਹੁਣ ਬਿਲਕੁਲ ਬਿਲਕੁਲ ਲੇਕਿਨ ਅਸੀਂ ਗਾਫਲ ਜੀ ਜੀ ਅਸੀਂ ਸਮਝ ਨਹੀਂ ਆਪੇ ਕਿ ਅਸਾਂ ਵਡੇਰਿਆਂ ਹੋ ਕੇ ਬੁੱਢਿਆਂ ਹੋ ਕੇ ਤੇ ਫੇਰ ਮਰਨਾ ਹਾਂ ਆ ਕਿੰਨੇ ਉਹ ਜੀ ਟੋਰ ਨਹੀਂ ਛੜੇ ਕਿ ਜਿਨ੍ਹਾਂ ਨੂੰ ਵਹਿਮੋ ਗਮਾਨ ਵੀ ਨਹੀਂ ਸੀ ਸੋਚ ਵੀ ਨਹੀਂ ਸੀ ਕਿ ਐਡੀ ਛੇਤੀ ਵਿਛੜ ਜਾਣਗੇ ਜੀ ਜੀ ਐਡੀ ਛੇਤੀ ਜਦਾਈਆਂ ਪਾਈਆਂ ਜਾਣਗੇ ਜੀ ਜੀ ਐਡੀ ਛੇਤੀ ਦੁਨੀਆ ਤੋਂ ਟੁਰ ਜਾਣਗੇ ਆਪਣੀ ਹੱਥੀਂ ਦਫਨਾਏ ਹਾਂ ਹਾਂ ਜੀ ਹਾਂ ਜੀ ਹੈ ਬਿਲਕੁਲ ਬਿਲਕੁਲ ਜਿਨ੍ਹਾਂ ਨੂੰ ਮੇਰਾ ਮਤਲਬ ਹੈ ਅਸੀਂ ਗੱਲ ਨਾਲ ਲਾ ਕੇ ਆਪਣੇ ਨਾਰ ਲਾ ਕੇ ਰੱਖਨੇ ਹਾਂ ਔਰ ਇਹ ਸੋਚਨੇ ਹਾਂ ਕਿ ਜਦੋਂ ਇਹ ਟੁਰ ਗਏ ਹਾਂ ਜੀ ਉਹ ਦਿਨ ਦੁਨੀਆ ਸਾਡੀ ਉਜੜ ਜਾਣੀ ਉਹ ਦੁਨੀਆਂ ਤੋਂ ਟੁੱਟ ਗਏ ਨੇ ਨਿਜ਼ਾਮ ਚੱਲਦਾ ਪੈਸਾ ਚੱਲਦਾ ਮੇਰਾ ਇੱਕ ਯਾਰ ਸੀ ਜੁਨਾਨ ਨੂੰ ਦਿਸਾਂ ਇਕੱਠੇ ਜੀ ਜੀ ਤੇ ਅਸਾਂ ਇੱਕ ਦੂਜੇ ਦੇ ਨਾਲ ਮੇਰਾ ਮਤਲਬ ਬਹਿਦ ਵਾਦੇ ਕੀਤੇ ਸਨ ਇਕੱਠੇ ਜੀਵਾਂਗੇ ਤੇ ਇਕੱਠੇ ਮਰਾਂਗੇ ਜੀ ਜੀ ਮੈਂ ਪਾਕਿਸਤਾਨ ਆ ਗਿਆ ਜੀ ਉਹਦਾ ਉੱਥੇ ਐਕਸੀਡੈਂਟ ਹੋਇਆ ਹੂੰ ਮੈਨੂੰ ਇੱਥੇ ਪਤਾ ਲੱਗਾ ਹੂੰ ਕਿ ਫੌਤ ਹੋ ਗਿਆ ਮੈਂ ਲਾਹੌਰ ਹਾਈ ਕੋਰਟ ਸਾਡਾ ਜ਼ਮੀਨ ਦਾ ਕੇਸ ਪਾ ਚੱਲਦਾ ਹੀ ਤਰੀਹ ਤੇ ਚੱਲਦਾ ਜੀ ਤੂੰ ਫਾਈਲਾਂ ਪੜੀਆਂ ਸੁਣਾਸਦੇ ਵੇਲੇ ਜਦੋਂ ਮੈਨੂੰ ਫੋਨ ਆਇਆ ਯਕੀਨ ਕਰੋ ਫਾਈਲਾਂ ਥੁੰਡੇ ਗਏ ਪਈਆਂ हां जी मैं इंज कंदना ਢੋਲਾ ਆ ਕੇ ਨਾ ਤੇ ਬੈ ਗਿਆ ਨਾ ਹੀ ਮੈਂ ਰੋਵਾ ਤੇ ਨਾ ਹੀ ਮੈਂ ਕੋਈ ਗੱਲ ਕਰ ਬਹਿ ਰਿਆ ਕਿੰਨੀ ਰੋਇਆ ਵੀ ਨਹੀਂ ਬਸ ਮੈਂ ਇੰਜ ਦਾ ਸਮਝੋ ਕਿ ਮੈਂ ਸਾਕਤ ਜਾ ਹੋ ਗਿਆ ਜੀ ਜੀ ਬਹਿ ਰਿਆ ਚਲੋ ਖੈਰ ਦਿਹਾੜੇ 8 ਕਿ 9 ਲੱਗੇ ਉਹਦੀ ਗੈਡ ਬਾਡੀ ਪਾਕਿਸਤਾਨ ਆ ਗਈ ਜਦੋਂ ਜਨਾਜ਼ਾ ਸੀ ਭਾਜੀ ਮੈਂ ਜਨਾਜ਼ੇ ਤੇ ਗਿਆ ਫੇਰ ਨਹੀਂ ਮੇਰੇ ਮੇਰੇ ਉਤੇ ਆਪਣੇ ਆਪ ਦੀ ਕੰਟਰੋਲ ਨਹੀਂ ਰਿਹਾ ਮੇਰੇ ਮਤਲਬ ਬੜਾ ਰੋਇਆ ਫੇਰ ਉਹ ਮੇਰਾ ਮਤਲਬ ਹੈ ਦਫਾਂ ਜੀ ਦੂ ਨੂੰ ਕਾਰ ਕਰ ਲਿਆ ਜੀ ਮੈਂ ਕਬਰਸਤਾਨ ਕਬਰ ਦੇ ਕੋਲ ਹੀ ਬੈਕ ਨਾ ਤੇ ਮੈਂ ਸੋਚਾ ਮੈਂ ਬੈਸ ਤੂੰ ਤੇ ਇਹਦੇ ਨਾਲ ਇਹਦ ਮੁਆਦਾ ਕੀਤਾ ਹੈ ਵੀ ਇਕੱਠੇ ਜੀਵਾਂ ਦੇ ਤੇ ਇਕੱਠੇ ਹੀ ਮਰਾਂ ਦੇ ਹਾਂਜੀ ਉਹਨੂੰ ਮਰ ਗਿਆ ਉਹਦੇ ਨਾਲ ਕਿਉਂ ਨਹੀਂ ਮਰਦਾ ਪਿਆ ਹੂੰ ਬਾਜੀ ਇਹ ਗੱਲਾਂ ਹੀ ਹੁੰਦੀਆਂ ਨੇ ਨੇਰੀਆਂ ਨਹੀਂ ਜੀ ਨਹੀਂ ਬਿਲਕੁਲ ਮੋਇਆ ਨਾ ਕੋਈ ਨਹੀਂ ਮਰਦਾ ਨਹੀਂ ਮਾਇਆ ਜਾਂਦਾ ਹੀ ਨਹੀਂ ਤੇ ਇਹ ਉਹ ਹਸਿਆ ਵਾਲੀ ਗੱਲ ਹੈ ਲੇਕਿਨ ਗੱਲ ਹਕੀਕਤ ਦੇ ਕੋਈ ਮਾਂ ਸੀ ਤੇ ਉਹ ਉਹ ਬੱਚਾ ਉਹਦਾ ਬਿਮਾਰ ਸੀ ਤੇ ਉਹਨੂੰ ਆ ਕੇ ਬੱਚਾ ਤੇਰੀ ਆਈ ਮੈਂ ਮਰ ਜਾਵੇਂ ਬੱਚਾ ਤੇਰੀ ਆਈ ਮੈਂ ਮਰ ਜਾ ਤੇ ਉਹ ਗਰਮੀਆਂ ਦੇ ਦਿਹਾੜੇ ਸਨ ਤੇ ਇਕੱਠੀਆਂ ਹੀ ਮੰਜੀਆਂ ਦੀ ਡੱਟੀਆਂ ਸਨ ਬਿਮਾਰ ਬੱਚੇ ਦੀ ਵੀ ਤੇ ਮਾਈ ਦੀ ਵੀ ਮੰਜੀਆਂ ਵਿੱਚ ਇਕੱਠੇ-ਇਕੱਠੀ ਤੇ ਉਹਨਾਂ ਇੱਕ ਨਾ ਟੀਨ ਦੇ ਵਿੱਚ ਪੀਪੇ ਦੇ ਵਿੱਚ ਨਾ ਖੜ ਪੀਤੀ ਸੀ ਗਾਂ ਵਾਸਤੇ ਤੇ ਉਹ ਅੱਧੀ ਘਰਾ ਦਾ ਟਾਈਮ ਹੋਇਆ ਹਨੇਰਾ ਜੂ ਸੀ ਹਾਂ ਤੇ ਉਹ ਗਾਂ ਖੁੱਲ ਗਏ ਤੇ ਉਹ ਗਾਂ ਆ ਕੇ ਨਾ ਤੇ ਪੀਪੇ ਦੇ ਵਿੱਚ ਮੂੰਹ ਜਦੋਂ ਪਾਇਆ ਤਾਂ ਪੀਪਾ ਖੜ ਗਿਆ ਵਾਵਾ ਹਾਂ ਜੋ ਮੈ ਮੈ ਨੂੰ ਪਤਾ ਜੀ ਹੋਰੇ ਬਰੇਜ ਦਾ ਆ ਗਿਆ ਤੇ ਆ ਗਿਆ ਕਿ ਬਿਮਾਰ ਦੀ ਮੰਜੀ ਆਉ ਹੋ ਜੇ ਬਿਮਾਰ ਦੀ ਮੰਜੀ ਇਹ ਗੱਲ ਝੂਗਾ ਲਾਈ ਹੈ ਲੇਕਿਨ ਹਕੀਕਤ ਸਕੀ ਮਾਂ ਵੀ ਨਹੀਂ ਬੱਚੇ ਨਾ ਮਰਦੀ ਹਾਂ ਨਹੀਂ ਜੀ ਨਹੀਂ ਹਕੀਕਤ ਬੱਚੇ ਕਿੰਨਾ ਪਿਆਰ ਕਰਦੇ ਨੇ ਆਪਣੇ ਵਾਲਦਾਂ ਕੋਈ ਨਹੀਂ ਮਰਦਾ ਨਹੀਂ ਮਰਦਾ ਬੀਬੀ ਆਂਦੀ ਹੈ ਮੈਂ ਤੇਰਾ ਨਾ ਬੜਾ ਪਿਆਰ ਕਰਨੀ ਕੋਈ ਨਹੀਂ ਕਦੀ ਮੰਜੀ ਦੇ ਨਾਲ ਗਈ ਤੇ ਨਾ ਉਥੇ ਜਾ ਕੇ ਵਿੱਚ ਕਬਰੇ ਪਈ ਕਿ ਨੇ ਮੇ ਨਾਲ ਹੀ ਮੋਇਆਂ ਨਾਲ ਕੋਈ ਨਹੀਂ ਮਰਦਾ ਵਾਰੀ ਆਪੋ ਆਪਣੀ ਜੀ ਜੀ ਕਬਰ ਆਪੋ ਆਪਣੀ ਗੱਲ ਇਸਨਾਨ ਦਾ ਮਤਲਬ ਹੈ ਸਾਬ ਤੁਸਾਂ ਆਪਣਾ ਆਪ ਦੇਣਾ ਬਿਲਕੁਲ ਬਿਲਕੁਲ ਜੋ ਵੀ ਤੁਸੀਂ ਕਰਦੇ ਹੋ ਨਾ ਪੇ ਜੋ ਵੀ ਤੁਸੀਂ ਕਰਦੇ ਹੋ ਪੇ ਤੁਹਾਡੀ ਭੈਣ ਨੇ ਤੁਹਾਡੇ ਭਰਾ ਨੇ ਤੁਹਾਡੀ ਮਾਂ ਨੇ ਤੁਹਾਡੇ ਪਿਓ ਨੇ ਤੁਹਾਡੇ ਜੰਮਿਆਂ ਨੇ ਤੁਹਾਡੀ ਬੀਬੀ ਨੇ ਤੁਹਾਡੇ ਯਾਰਾਂ ਨੇ ਕਿਸੇ ਨਾਲ ਨਹੀਂ ਦੇ ਜਾਣਾ ਬਿਲਕੁਲ ਉਹ ਵੀ ਜੋ ਜੋ ਤੁਸਾਂ ਵੜਨਾ ਵੇਰ ਤੁਹਾਨੂੰ ਪਤਾ ਉਹ ਗੱਲ ਆ ਗਈ ਨਾ ਫਿਰ ਕਿ ਪਤਾ ਸਾਰਿਆ ਸਰਦਾਰ ਨੂੰ ਕੀਤੀਆਂ ਆਪਣੀਆਂ ਆਪਣੀਆਂ ਕੀਤੀਆਂ ਦਾ ਫੈਸਲਾ ਹੀ ਬੰਦੇ ਨੂੰ ਪਤਾ ਹੁੰਦਾ ਜੀ ਪਤਾ ਮੈਂ ਕੀ ਕਰਨਾ ਪਿਆ ਬਿਲਕੁਲ ਮੈਂ ਕੀ ਬੀਜਣਾ ਪਿਆ ਹਾਂਜੀ ਹਾਂਜੀ ਮੈਂ ਕੀ ਵਰਤਣਾ ਪਿਆ ਹੂੰ ਤੋ ਇਸ ਵਾਸਤੇ ਮਰਨ ਤੋਂ ਡਰਨਾ ਵੀ ਨਹੀਂ ਮੌਤ ਇੱਕ ਨੇਮਤ ਹੈ ਬਿਲਕੁਲ ਮੌਤ ਇੱਕ ਨੇਮਤ ਇੱਕ ਨੇਮਤ ਹੈ ਕੋਈ ਅੱਲਾ ਦੇ ਬਜ਼ੁਰਗ ਸਨ ਨਾ ਹਾਂਜੀ ਬੜੇ ਅੱਲਾ ਦੇ ਵਲੀ ਸਨ ਜੀ ਉਹ ਜਦੋਂ ਟਾਈਮ ਕਰੀਬ ਹੋਇਆ ਨਾ ਜੀ ਜੀ ਉਹਨਾਂ ਦੇ ਨੇੜੇ ਆਲਦਵਾਲੇ ਆਲੇ ਬਹਿ ਗਏ ਤੇ ਰੋਣ ਲੱਗ ਪਏ ਸਾਰੇ ਕਿ ਤੁਸੀਂ ਹੁਣ ਟਰ ਚੱਲਿਓ ਜੁਦਾਈਆਂ ਪਾਛੋ ਉਹਨਾਂ ਨੇ ਆਖਿਆ ਉਹਨਾਂ ਨੇ ਆਖਿਆ ਸ਼ੁਕਰ ਅਲhamdulillah ਵਾਹ ਕਿ ਮੈਂ ਟਰ ਚੱਲਾਂ ਹੂੰ ਹੂੰ ਉਹਨਾਂ ਨੇ ਆਖਿਆ ਵੀ ਤੁਸੀਂ ਸਾਡੇ ਕੋਲੋਂ ਦੂਰ ਹੋ ਚੱਲੇ ਹੋ ਵਿਛੋੜਾ ਪਾਰ ਚੱਲੇ ਹੋ ਵਿਸਾਲ ਹੋ ਚੱਲੇ ਹੂੰ ਉਹਨਾਂ ਨੇ ਕਿ ਸ਼ੁਕਰ ਅਲhamdulillah ਕਿ ਮੈਂ ਇਸ ਦੁਨੀਆ ਦੇ ਝੰਜਟ ਚੋਂ ਨਿਕਲ ਕੇ ਤੇ ਮੈਂ ਆਪਣੇ ਅੱਲਾ ਦੇ ਕੋਲ ਚੱਲਾਂ ਵਾਹ ਮੈਂ ਆਪਣੇ ਅੱਲਾ ਨਾਲ ਮੁਲਾਕਾਤ ਕਰਨ ਲੱਗਾ ਮੇਰਾ ਤੇ ਟਾਈਮ ਆਇਆ ਮੈਂ ਤੇ ਸਹਿਕ ਨਾ ਪਿਆ ਇਸ ਟਾਈਮ ਨੂੰ ਕਿ ਮੇਰਾ ਦੁਨੀਆ ਦੇ ﻋజాਬ ਕੋਲੋਂ ਜਾਨ ਛੁੱਟੇ ਜੀ 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 ਤੇ ਮੈਂ ਇਥੇ ਜੋ ਕੁਝ ਕਰਕੇ ਜਾਣਾ ਪਿਆ ਮੈਨੂੰ ਪਤਾ ਹੈ ਮੈਂ ਮੁਤਮਨ ਜਾਣਾ ਪਿਆ ਜੀ 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 ਬਾਜੀ ਅੱਲਾ ਪਾਕ ਅੱਲਾ ਦੇ ਰਸੂਲ ਜੀ ਜੀ ਅੱਗੇ ਨੇਕ ਰੂਆ ਉਹਨਾਂ ਨਾਲ ਮੁਲਾਕਾਤ ਇਸ ਵਾਸਤੇ ਮੌਤ ﻋజాਬ ਨਹੀਂ ਹਾਂ ਜੀ ਮੌਤ ਨੇਮਤ ਹੈ ਅੱਲਾ ਦੀ ਬਿਲਕੁਲ ਲੇਕਿਨ ਨੇਮਤ ਉਹਨਾਂ ਵਾਸਤੇ ਜਿਨ੍ਹਾਂ ਨੇਕ ਕਮਾਈਆਂ ਕੀਤੀਆਂ ਨੇ ਜਿਨ੍ਹਾਂ ਚੰਗਿਆ ਮਾਲ ਕੀਤੇ ਨੇ ਲੇਕਿਨ ਮੇਰੇ ਜੇ ਗੁਨਾਹਗਾਰ ਬਦਕਾਰ ਸਿਆਕਾਰ ਖਤਾਕਾਰ ਜਿੰਨੇ ਵੀ ਅਸੀਂ ਮੇਰੇ ਵਾਂਗੂ ਦੇ ਆ ਸਾਨੂੰ ਵੀ ਇਸ ਗੱਲ ਦੀ ਉਮੀਦ ਹੈ ਕਿ ਇਨਸ਼ਾਅੱਲਾ ਉਹ ਬਖਸ਼ਣਾ ਆਰੇ ਸਾਨੂੰ ਬਖਸ਼ੇਗਾ ਹਾਂ ਬੇਸ਼ੱਕ ਆਪਣੇ ਪਾਗ ਪੈਗੰਬਰ ਰਸੂਲ ਖਤਮ ਉਨਬੀਨ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਦਾ صدقہ ਸਾਨੂੰ ਬਖਸ਼ੇ ਹੀ ਬਖਸ਼ੇਗਾ ਲੇਕਿਨ ਮੌਤ ਆਉਣੀ ਆਉਣੀ ਮੀਆਂ ਮੁਹੰਮਦ ਬਸ਼ਰਮਤੁੱਲਾ ਲੈ ਚਿਲਾ ਕਟਣ ਵਾਸਤੇ ਜੰਗਲ ਚ ਜਾਂਦੇ ਹੁੰਦੇ ਸਨ ਤੇ ਇੱਕ ਦਿਨ ਮਾਂ ਆਖਣ ਲੱਗੀ ਵੀ ਪੁੱਤਰ ਅ ਜਾਂਦਿਆਂ ਲੋਹਿਆ ਨਾਲ ਲੈ ਆਇਆ ਕਰ ਬਾਰ ਦੀਆਂ ਛਾਵਾਂ ਨਹੀਂ ਤੰਗ ਕਰਦੀਆਂ ਹਾਂਜੀ ਹਾਂਜੀ ਤੇ ਮੀਆਂ ਸਾਹਿਬ ਆਖ ਲਗੇ ਮਾਂ ਇਜ਼ਰਾਇਲ ਫਰਿਸ਼ਤਾ ਲੋਹੇ ਕੋਲੋਂ ਨਹੀਂ ਡਰਦਾ ਜੇ ਲੋਹਿਆ ਰਖਵਾਲਾ ਹੁੰਦਾ ਤੇ ਲੋਹਾਰ ਕੋਈ ਨਾ ਮਰਦਾ ਵਾਹ 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 ਹੈ ਕੀ ਬਾਤ ਮੌਤ ਜਿਹੜੀ ਹੈ ਨਾ ਇਹ اٹਲ ਫੈਸਲਾ ਹੈ ਆਉਣੀ ਆਉਣੀ ਹੈ ਕਿਸੇ ਟਾਈਮ ਵੀ ਕਿਸੇ ਜਗ੍ਹਾ ਵੀ ਜਿੱਥੇ ਲਿਖਿਆ ਨਾ ਉਸ ਮقرਰ ਵਕਤ ਤੇ ਆ ਜਾਣੀ ਹੈ ਬਿਲਕੁਲ ਲਿਆਦਾ ਜੇ ਇਹ ਵੀਡੀਓ ਚੰਗੀ ਲੱਗੇ ਤੇ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਅਗਰ ਅੱਛੀ ਲੱਗੇ ਤਾਂ ਅਗੇ ਸ਼ੇਅਰ ਲਾਜ਼ਮੀ ਕਰਿਓ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਲਾ ਸੋਹਣੇ ਦੇ ਵਾਲੇ ਅਸਲਾਮੁਅਲੈਕੁਮ ਵ ਰਹਿਮਤ